ਆਹ ਲਾਈਟ ਹੈ ਜੀ ਦਿਲ ਲਾਈਟ, ਇਹ ਮਲਟੀ ਲਾਈਟ ਹੈ, ਬਹੁਤ ਖੂਬਸੂਰਤ ਮਾਸ਼ਾਅੱਲਾ ਜੀ। ਡਬਲ ਟੇਪ ਦੇ ਨਾਲ ਲੱਗਦੀ ਆ ਬਾਈਕ ਦੀ ਬੈਕ ਲਾਈਟ ਅਤੇ ਨੰਬਰ ਪਲੇਟ 'ਤੇ। ਹੋਰ ਲਾਈਟ ਹੈ ਜੀ ਪੰਖਾ ਲਾਈਟ, ਇਹਨੂੰ ਕਹਿੰਦੇ, ਇਹ ਵੀ ਮਲਟੀ ਆ, ਇਹਦੇ ਵਿੱਚ ਵੀ ਕਲਰ ਨਿਕਲਦੇ ਆ ਮਲਟੀ, ਅਤੇ ਇਹ ਵੀ ਡਬਲ ਟੇਪ ਨਾਲ ਲੱਗਦੀ ਆ ਜੀ। ਇਹ ਪਿੱਛੇ ਦੀ ਲਾਈਟ ਵਗੈਰਾ ਅਤੇ ਨੰਬਰ ਪਲੇਟ ਵਗੈਰਾ 'ਤੇ ਔਰ ਹੈੱਡਲਾਈਟ ਦੇ ਨਾਲ ਕਨੈਕਸ਼ਨ ਹੋ ਸਕਦਾ ਹੈ ਤਾਂ ਮਾਸ਼ਾਅੱਲਾ। ਇਹ ਵੀ ਬਹੁਤ ਖੂਬਸੂਰਤ ਲਾਈਟ ਜੀ। ਇੱਕ ਆ ਹੈਗੀ ਜੀ ਸਾਡੇ ਕੋਲ ਬਲੈਕ ਕਲਰ ਦੀ ਗੋਲ ਲਾਈਟ, ਇਹਨੂੰ ਕੈਮਰਾ ਲਾਈਟ ਵੀ ਕਹਿੰਦੇ ਆ, ਫਲੈਸ਼ਰ ਕਰਦੀ ਹੈ ਇਹ ਮਾਸ਼ਾਅੱਲਾ। ਇਹ ਵੀ ਬਹੁਤ ਖੂਬਸੂਰਤ ਆ ਜੀ। ਇਹ ਵੀ ਇਹ ਨੰਬਰ ਪਲੇਟ ਵੀ ਲਗਾਈ ਜਾ ਸਕਦੀ ਹੈ ਬਾਈਕ ਦੇ ਔਰ ਸੀਟ ਦੇ ਨੀਚੇ ਵੀ ਜ਼ਮੀਨ ਵੱਲੋਂ ਕਰਕੇ ਲਗਾਈ ਜਾ ਸਕਦੀ ਹੈ। ਇਹ ਇਹਨੂੰ ਕੈਮਰਾ ਲਾਈਟ ਕਹਿੰਦੇ ਔਰ ਬਹੁਤ ਖੂਬਸੂਰਤ ਫਲੈਸ਼ ਕਰਦੀ ਆ। ਇਹਦੇ ਵਿੱਚ ਸਾਡੇ ਕੋਲ ਵਾਈਟ ਕਲਰ ਵੀ ਹੈ ਔਰ ਬਲੈਕ ਕਲਰ ਵੀ ਹੈ। ਇਹਨੂੰ ਚਲਾ ਕੇ ਤੁਹਾਨੂੰ ਦਿਖਾਉਂਦੇ ਹਾਂ, ਫਲੈਸ਼ਰ ਕਰਦੀ ਆ। ਆਹ ਦੇਖੋ ਜੀ ਮਾਸ਼ਾਅੱਲਾ ਬੜੀ ਪਿਆਰੀ ਲਾਈਟ ਆ। ਆਹ ਦੇਖੋ ਇਸ ਤਰ੍ਹਾਂ ਫਲੈਸ਼ਰ ਕਰਦੀ ਹੈ, ਇਹਦੇ ਵਿੱਚ ਮੁਖਤਲਿਫ ਕਲਰ ਮਲਟੀ ਆ। ਅੱਛਾ ਜੀ ਆਹ ਪੰਖਾ ਲਾਈਟ ਆ ਮਾਸ਼ਾਅੱਲਾ ਜੀ, ਇਹਦਾ ਡੈਮੋ ਦੇਖ ਲਓ, ਬਹੁਤ ਖੂਬਸੂਰਤ ਹੈ। ਇਹ ਬੈਕ ਲਾਈਟ 'ਤੇ ਬਾਈਕ 'ਤੇ, ਕਿਸੇ ਬਾਈਕ 'ਤੇ ਵੀ ਬੈਕ ਲਾਈਟ 'ਤੇ ਵੀ ਇੰਸਟਾਲ ਹੋ ਸਕਦੀ ਆ ਔਰ ਨੰਬਰ ਪਲੇਟ ਦੇ ਉੱਤੇ ਵੀ ਲਗਾਈ ਜਾ ਸਕਦੀ ਆ। ਔਰ ਇਹਨੂੰ ਬ੍ਰੇਕ ਨਾਲ ਵੀ ਲਗਾ ਸਕਦੇ ਹਾਂ ਔਰ ਹੈੱਡ ਲਾਈਟ ਦੇ ਨਾਲ ਵੀ ਕਨੈਕਸ਼ਨ ਇੱਦਾਂ ਕਰ ਸਕਦੇ ਹਾਂ। ਅੱਛਾ ਜੀ ਆਹ ਦਿਲ ਲਾਈਟ ਆ, ਇਹ ਮੋਟਰਸਾਈਕਲ ਦੀ ਬੈਕ ਲਾਈਟ ਔਰ ਨੰਬਰ ਪਲੇਟ 'ਤੇ ਲਗਾ ਸਕਦੇ ਹਾਂ, ਬਹੁਤ ਖੂਬਸੂਰਤ ਮਲਟੀ ਲਾਈਟ ਆ। ਇਹ ਤੁਹਾਨੂੰ ਮਿਲੇਗੀ ਜੀ ਵਿਕਾਸ ਆਟੋਜ਼, ਅੱਡਾ 217।